ਜਿੰਦਾਬਾਦ ਸੰਦੀਪ ਕੌਰ ਪੰਜੋਲਾ, ਪੰਜਾਬ ਪ੍ਰਧਾਨ ਆਸ਼ਾ ਵਰਕਰ ਤੇ ਆਸ਼ਾ ਫੈਸਿਲੀਟੇਟਰ ਯੂਨੀਅਨ। ਮੰਨੂ ਦੇ ਸੋਏ ਜੂੰ ਜੂੰ ਮੰਨੂ ਵੱਢਦਾ, ਅਸੀਂ ਦੂਣ ਸਵਾਏ ਹੋਏ, ਕਿਉਂਕਿ ਸਾਡਾ ਸ਼ੁਭ ਕਾਰਨ ਸ਼ਹੀਦ ਦੇ ਇੱਕ ਇੱਕ ਕਤਰੇ ਦੇ ਵਿੱਚੋਂ ਅਨੇਕ ਸ਼ਹੀਦ ਦਾ ਜਿਹੜਾ ਕਤਰਾ ਹੁੰਦਾ, ਸ਼ਹੀਦ ਦਾ ਇੱਕ ਤਿਲ ਜਿੰਨਾ ਵੀ ਕਤਰਾ ਅੰਜਾਈ ਨਹੀਂ ਜਾਂਦਾ ਹੁੰਦਾ। ਮੋਦੀ ਸਰਕਾਰ ਕਿਤੇ ਨਾ ਕਿਤੇ ਭੁੱਲ ਗਈ ਹੋਣੀ ਹੈ ਜਾਂ ਭੁਲੇਖਾ ਖਾ ਗਈ ਹੋਣੀ ਹੈ ਕਿ ਪਤਾ ਨਹੀਂ ਸ਼ਹੀਦ ਕਰਕੇ ਅਸੀਂ ਲੋਕਾਂ ਨੂੰ ਸ਼ਾਂਤ ਕਰ ਲਾਂਗੇ, ਇਸ ਲਹਿਰ ਨੂੰ ਸ਼ਾਂਤ ਕਰ ਲਾਂਗੇ, ਪਰ ਉਹ ਇਸ ਗੱਲ ਨੂੰ ਭੁੱਲ ਗਏ ਹੋਣੇ ਹੈ ਕਿ ਇਹ ਜਿਹੜਾ ਸ਼ਹੀਦਾਂ ਦਾ ਇੱਕ ਇੱਕ ਕਤਰਾ ਇਹ ਅਜਾਈ ਨਹੀਂ ਜਾਂਦਾ। ਇਹ ਜਿਵੇਂ ਆਪਾਂ ਕਹਿੰਦੇ ਹਾਂ ਨਾ, ਮੰਨੂ ਸਾਡੀ ਦਾਤਰੀ, ਅਸੀਂ ਮੰਨੂ ਦੇ ਸੋਏ, ਜੂੰ ਜੂੰ ਮੰਨੂ ਵੱਢਦਾ, ਅਸੀਂ ਦੂਣ ਸਵਾਏ ਹੋਏ। ਇਹ ਸ਼ੁਭ ਕਰਨ ਦੀ ਜਿਹੜੀ ਸ਼ਹੀਦੀ ਹੈ ਉਹ ਪੰਜਾਬ ਦੀਆਂ ਬੀਬੀਆਂ ਦੇ, ਪੰਜਾਬ ਦੀਆਂ ਭੈਣਾਂ ਦੇ, ਪੰਜਾਬ ਦੀਆਂ ਬੱਚੀਆਂ ਦੇ ਦਿਲਾਂ ਦੇ ਵਿੱਚ ਛੇਕ ਕਰ ਚੁੱਕੀਆਂ ਨੇ। ਇਹ ਛੇਕ ਕੋਈ ਸੌਖਾ ਜਿਹਾ ਨਹੀਂ ਮਿਟਦਾ, ਇਹ ਛੇਕ ਮਿਟੂਗਾ ਪਹਿਲਾਂ ਜਦੋਂ ਹੁਣ ਇਹਨਾਂ ਦੀ ਬੰਬਵਾਰੀ ਹੋਊਗੀ ਨਾ, ਪਹਿਲਾਂ ਜਿਹੜੀ ਬੰਬਵਾਰੀ ਹੋਣੀ ਉਹ ਬੀਬੀਆਂ ਦੇ ਸੀਨਿਆਂ ਦੇ ਉੱਪਰ ਨੂੰ ਹੋ ਕੇ ਲੰਘੂਗੀ, ਤਾਂ ਕਿਤੇ ਜਾ ਕੇ ਇਹ ਛੇਕ ਮਿਟਣਗੇ। ਅਸੀਂ ਆਪਣੇ ਬਾਪਾਂ ਨੂੰ, ਅਸੀਂ ਆਪਣੇ ਭਾਈਆਂ ਨੂੰ, ਅਸੀਂ ਆਪਣੇ ਪੁੱਤਰਾਂ ਨੂੰ ਪਿੱਛੇ ਕਰਕੇ ਪਹਿਲਾਂ ਬੀਬੀਆਂ ਆਪਣੇ ਸੀਨਿਆਂ 'ਤੇ ਜਰਨਗੀਆਂ, ਪਹਿਲਾਂ ਆਂਚ ਹੈ ਜਿਹੜੀ ਉਹ ਮੇਰੀਆਂ ਭੈਣਾਂ 'ਤੇ ਆਊਗੀ, ਉਸ ਤੋਂ ਬਾਅਦ ਕਿਤੇ ਜਾ ਕੇ ਮੋਦੀ ਦੀਆਂ ਜਿਹੜੀਆਂ ਇਹ ਵਿਛਾੜਾਂ ਨੇ, ਉਦੋਂ ਬਾਅਦ ਜਾ ਕੇ ਕਦੇ ਸਾਡੇ ਬੰਦਿਆਂ ਨਾਲ, ਸਾਡੇ ਵੀਰਾਂ ਨਾਲ ਟਕਰਾਊਗੀ, ਕਿਉਂਕਿ ਭੁਲੇਖਾ ਖਾ ਗਈ ਸਰਕਾਰ। ਸਰਕਾਰ ਕਿਤੇ ਨਾ ਕਿਤੇ ਭੁਲੇਖਾ ਖਾ ਗਈ ਵੀ ਪਤਾ ਨਹੀਂ ਅਸੀਂ ਇੱਦਾਂ ਹੀ ਅੰਦਰ ਵੜ ਵੜ ਕੇ ਡਰਾ ਲਾਂਗੇ, ਪਰ ਸਰਕਾਰ ਨੂੰ ਨਹੀਂ ਪਤਾ ਕਿ ਇਹ ਮਾਈ ਭਾਗੋ ਦੀਆਂ ਜਾਈਆਂ ਨੇ। ਜਿੰਨਾ ਤੁਸੀਂ ਇਹਨਾਂ ਨੂੰ ਪੰਜਾਬ ਨੂੰ ਵੰਗਾਰੋਗੇ, ਜਿੰਨਾ ਪੰਜਾਬ ਦੀਆਂ ਬੀਬੀਆਂ ਨੂੰ ਵੰਗਾਰੋਗੇ ਨਾ, ਜਿੰਨਾ ਸਾਡੇ ਬੱਚਿਆਂ ਦੇ ਨਾਲ, ਜਿੰਨਾ ਸਾਡੇ ਵੀਰਾਂ ਦੇ ਨਾਲ ਛੇੜਛਾੜ ਅਤੇ ਅੱਤਿਆਚਾਰ ਕਰੋਗੇ, ਉਨਾ ਹੀ ਇਹ ਜਿਹੜਾ ਲਹਿਰ ਹੈ ਉਨਿਓ ਦਿਨ ਪ੍ਰਤੀ ਦਿਨ ਦੁੱਗਣੀ ਹੁੰਦੀ ਜਾਊਗੀ। ਅਤੇ ਤੁਸੀਂ ਦੇਖਿਆ ਹੋਣਾ 8 ਮਾਰਚ ਵੂਮੈਨ ਡੇ ਨੂੰ, ਭਾਵੇਂ ਕਿ ਅਸੀਂ ਸਮਰਥਨ ਦਿੱਤਾ, ਸ਼ੰਭੂ ਬਾਰਡਰ 'ਤੇ ਵੀ ਅਸੀਂ ਗਏ ਅਤੇ ਅੱਜ ਵੀ ਅਸੀਂ ਸਮਰਥਨ ਦੇਣ ਹੀ ਆਏ ਹਾਂ, ਭਾਵੇਂ ਕਿ ਬਹੁਤ ਵੱਡੇ ਕਾਫਲੇ ਦੇ ਨਾਲ ਆਉਣਾ ਸੀ, ਪਰ ਐਮਰਜੈਂਸੀ ਇਹ ਹੋ ਗਈ ਕਿ ਅੱਜ ਸਾਡੀ ਹੈਲਥ ਮਿਨਿਸਟਰ ਸਾਹਿਬ ਨਾਲ ਇੱਕ ਮੀਟਿੰਗ ਸੀ, ਉਹ ਮੀਟਿੰਗ ਅਟੈਂਡ ਕਰਨ ਕਰਕੇ ਬਹੁਤ ਸਾਰਾ ਅੱਜ ਜਿਹੜਾ ਸਾਡਾ ਸਰਕਾਰਾਂ ਨਾਲ ਖਹਿਮ ਖਾ ਉੱਥੇ ਵੀ ਹੋ ਰਹੀ ਸੀ। ਕਿਉਂਕਿ ਮੈਂ ਦੱਸਣਾ ਚਾਹੁੰਦੀ ਹਾਂ ਕਿ ਜਿਹੜੀਆਂ ਪੰਜਾਬ ਦੇ ਵਿੱਚ ਘਰ ਘਰ ਜਾ ਕੇ ਕਰੋਨਾ ਮਹਾਮਾਰੀ ਦੇ ਵਿੱਚ ਆਸ਼ਾ ਵਰਕਰਾਂ ਨੇ ਲੋਕਾਂ ਦੀਆਂ ਜਾਨਾਂ ਬਚਾਈਆਂ ਨੇ, ਉਹਨਾਂ ਨੂੰ ਸੈਂਟਰ ਦੀ ਸਰਕਾਰ ਦਾ ਰੱਖਿਆ ਹੋਇਆ, ਪਰ ਸੈਂਟਰ ਦੀ ਸਰਕਾਰ ਦਿੰਦੀ ਕੁਛ ਨਹੀਂ, ਸਿਰਫ ਅਤੇ ਸਿਰਫ ਇੱਕ ਫਰੀ ਕੰਮ ਹੈ ਜਿਹੜਾ ਵਰਕਰਾਂ ਕੋਲੋਂ ਲਿਆ ਜਾਂਦਾ। ਪਰ ਮੈਂ ਗੱਲ ਕਰਨੀ ਹਾਂ ਅੱਜ ਆਪਣੇ ਕਿਸਾਨ ਵੀਰਾਂ 'ਤੇ, ਕਿਉਂਕਿ ਸਾਨੂੰ ਕਦੇ ਵੀ ਵੱਖ ਨਾ ਸਮਝਿਆ ਜਾਵੇ, ਅਸੀਂ ਵੀ ਇਸ ਲਹਿਰ ਦਾ ਹਿੱਸਾ ਹੈ। ਸਾਨੂੰ ਇਹ ਨਾ ਕਿਹਾ ਜਾਵੇ ਕਿ ਅੱਜ ਸਮਰਥਨ ਦੇਣ ਆਈਆਂ, ਕਿਉਂਕਿ ਸਾਨੂੰ ਪਤਾ ਹੈ ਸਾਡੇ ਬਜ਼ੁਰਗ, ਸਾਡੇ ਵੀਰ, ਸਾਡੇ ਬੱਚੇ ਬਾਰਡਰਾਂ 'ਤੇ ਬੈਠੇ ਨੇ, ਪਰ ਭਾਵੇਂ ਕਿ ਅਸੀਂ ਵੀ ਇਸ ਲਹਿਰ ਦਾ ਹਿੱਸਾ ਹੈ, ਭਾਵੇਂ ਸਾਡੇ ਆਪਦੇ ਬੈਠੇ ਨੇ ਪਰਿਵਾਰ, ਸਾਡੇ ਆਪਦੇ ਪਰਿਵਾਰ ਲਗਾਤਾਰ ਸੰਘਰਸ਼ਾਂ ਦੇ ਵਿੱਚ ਨੇ, ਪਰ ਸਰਕਾਰ ਨੂੰ ਭੁਲੇਖਾ ਲੱਗਿਆ ਹੋਣਾ ਕਿ ਕਿਤੇ ਬੀਬੀਆਂ ਘਰ ਬੈਠਣਗੀਆਂ, ਪਰ ਬੀਬੀਆਂ ਚੁੱਲ੍ਹਿਆਂ ਚੌਂਕਿਆਂ 'ਤੇ ਬੈਠ
ਬੈਠਣ ਵਾਲੀਆਂ ਨਹੀਂ। ਬੀਬੀਆਂ ਨੇ 8 ਮਾਰਚ ਨੂੰ ਦਿਖਾਤਾ ਸਾਰੇ ਬਾਰਡਰਾਂ ਦੇ ਉੱਪਰ ਕਿ ਬੀਬੀਆਂ ਜਾਗਦੀਆਂ ਜ਼ਮੀਰਾਂ ਵਾਲੀਆਂ ਨੇ। ਇਹ ਅੱਜ ਦੀਆਂ ਨਹੀਂ, ਇਹ ਜਦੋਂ ਤੋਂ ਗੁਰੂ ਗੋਬਿੰਦ ਸਿੰਘ ਦੀਆਂ ਲੜਾਈਆਂ ਦੇ ਵਿੱਚ ਸੀ ਉਦੋਂ ਦੀਆਂ ਵੰਗਾਰਾਂ ਪਾਉਂਦੀਆਂ ਨੇ ਸਰਕਾਰਾਂ ਨੂੰ। ਭਾਵੇਂ ਕਿ ਮਾਘੀ ਦੇ ਇਤਿਹਾਸ ਦੇ ਵਿੱਚ ਉਹ ਬੀਬੀਆਂ ਜਿਨ੍ਹਾਂ ਨੇ ਚੂੜੀਆਂ ਭਗਾ ਕੇ ਮਾਰੀਆਂ ਸੀ ਕੱਢ ਕੇ ਕਿ ਤੁਸੀਂ ਭਾਈ ਚੂੜੀਆਂ ਪਾ ਲਓ, ਅਸੀਂ ਜਾਵਾਂਗੇ ਬਾਰਡਰਾਂ 'ਤੇ, ਅੱਜ ਵੀ ਅਸੀਂ ਆਪਣੇ ਵੀਰਾਂ ਦੇ ਨਾਲ ਖੜੀਆਂ ਅਤੇ ਨਾਲ ਖੜਾਂਗੇ ਅਤੇ ਨਾਲ ਲੜਾਂਗੇ ਅਤੇ ਨਾਲ ਲੜ ਕੇ ਮਰਾਂਗੇ ਵੀ। ਅਸੀਂ ਮੈਂ ਇੱਕ ਤੁਹਾਨੂੰ ਗੱਲ ਹੋਰ ਵੀ ਦੱਸਣਾ ਚਾਹੁੰਦੀ ਹਾਂ, ਅਸੀਂ ਮੈਡੀਕਲ ਲਾਈਨ ਦੇ ਵਿੱਚ ਹੈ, ਮੈਂ ਇੱਕ ਟਿਪਸ ਉੱਥੇ ਵੀ ਸਾਂਝਾ ਕਰਕੇ ਆਈ ਸੀ, ਇੱਥੇ ਵੀ ਜ਼ਰੂਰ ਉਹ ਟਿਪਸ ਮੇਰਾ ਸਾਂਝਾ ਕਰਨਾ ਬਣਦਾ, ਕਿਉਂਕਿ ਮੋਦੀ ਨੂੰ ਇਹ ਲੱਗਦਾ ਹੋਣਾ ਕਿ ਪਤਾ ਨਹੀਂ ਇਹ 5-7% ਜਿਹੜੇ ਲੋਕ ਸਾਡੇ ਨਾਲ ਲੜਾਈ ਲੜ ਰਹੇ ਨੇ। ਪਰ ਮੈਂ ਤੁਹਾਨੂੰ ਦੱਸਣਾ ਚਾਹੁੰਦੀ ਹਾਂ ਸਰਕਾਰ ਨੂੰ ਕਿ ਪੰਜਾਬ ਇੱਕ ਅੰਜਣ ਮੰਨਿਆ ਗਿਆ ਹੈ ਅਤੇ ਜੇ ਪੰਜਾਬ ਤੋਂ ਡਰਦਾ ਕਿਉਂ ਹੈ, ਸਰਕਾਰ ਪੰਜਾਬ ਤੋਂ ਡਰਦੀ ਕਿਉਂ ਹੈ, ਕਿਉਂਕਿ ਪੰਜਾਬੀ ਨੇ ਜਿਹੜੇ ਉਹ ਖੁੱਲ੍ਹ ਦਿਲੀ ਅਤੇ ਇੱਕ ਬਹੁਤ ਵੱਡੇ ਦਿਲ ਵਾਲੇ ਅਤੇ ਜਜ਼ਬੇ ਵਾਲੇ, ਜਨੂੰਨ ਵਾਲੇ ਅਤੇ ਲੜਾਈ ਲੜ ਕੇ ਮਰਨ ਵਾਲੇ, ਸ਼ਹੀਦੀ ਅਸਥਾਨ ਪ੍ਰਾਪਤ ਕਰਨ ਵਾਲੇ ਸਿਰਫ ਪੰਜਾਬ ਹੈ। ਹਰਿਆਣਾ ਸਾਡਾ ਛੋਟਾ ਭਾਈ ਹੈ, ਹਰਿਆਣਾ ਸਾਡੇ ਨਾਲ ਹੈ, ਬਾਕੀ ਸਾਰੀਆਂ ਸਟੇਟਾਂ ਸਾਡੇ ਨਾਲ ਨੇ। ਪਰ ਕਿਤੇ ਨਾ ਕਿਤੇ ਮੋਦੀ ਫਿਰ ਵੀ ਭੁਲੇਖਾ ਖਾਈ ਜਾਂਦਾ, ਅਜੇ ਵੀ ਉਹਨੂੰ ਹਲੇ ਵੀ ਭੁਲੇਖਾ ਲੱਗਦਾ, ਉਹਨੂੰ ਹਜੇ ਵੀ ਇਹ ਭੁਲੇਖਾ ਹੈ ਕਿ ਪੰਜਾਬ ਦੇ ਵਿੱਚੋਂ ਮੈਂ ਜੇ ਨਹੀਂ ਵੀ ਸਰਕਾਰ ਬਣਾ ਸਕਦਾ ਤਾਂ ਮੈਂ ਹੋਰਾਂ ਨੂੰ ਡਰਾ ਧਮਕਾ ਕੇ ਲੋਕਾਂ ਨੂੰ ਵੱਖਰੇ ਖੁੰਜੇ ਲਾਉਣ ਦੀਆਂ ਜਿਹੜੀਆਂ ਧਮਕੀਆਂ ਲਗਾਤਾਰ ਹਰਿਆਣੇ ਦੇ ਵਿੱਚ ਘਰ ਘਰ ਜਾ ਕੇ ਪੁਲਿਸ ਧਮਕੀਆਂ ਦਿੰਦੀ ਹੈ। ਪਰ ਮੈਂ ਦੱਸਣਾ ਚਾਹੁੰਦੀ ਹਾਂ ਇਸ ਸੈਂਟਰ ਦੀ ਸਰਕਾਰ ਨੂੰ, ਮੋਦੀ ਸਰਕਾਰ ਨੂੰ, ਕਿ ਸਾਨੂੰ ਪਤਾ ਹੈ ਸਾਡੇ ਕਾਨੂੰਨਾਂ ਦਾ, ਸਾਡੇ ਰਾਖੀ ਕਰਨ ਦਾ, ਸਾਨੂੰ ਪਤਾ ਹੈ ਵੀ ਅਸੀਂ ਆਪਣੀ ਰਾਖੀ ਕਿਵੇਂ ਕਰਨੀ ਹੈ। ਜੇਕਰ ਕਿਸਾਨ ਨਹੀਂ ਬਚਦਾ, ਜੇਕਰ ਮਜ਼ਦੂਰ ਨਹੀਂ ਬਚਦਾ ਤਾਂ ਸਾਡੀ ਹੋਂਦ ਖਤਮ ਹੁੰਦੀ ਹੈ, ਕਿਉਂਕਿ ਕਿਸਾਨ ਅਤੇ ਮਜ਼ਦੂਰ ਦੋਨੇ ਇੱਕ ਨੇ। ਕਿਸਾਨ 'ਤੇ ਡਿਪੈਂਡ ਮਜ਼ਦੂਰ ਹੈ ਅਤੇ ਮਜ਼ਦੂਰ 'ਤੇ ਡਿਪੈਂਡ ਕਿਸਾਨ ਹੈ। ਜੇਕਰ ਕਿਸਾਨ ਅਤੇ ਮਜ਼ਦੂਰ ਖਤਮ ਹੁੰਦੇ ਨੇ ਤਾਂ ਬਿਲਕੁਲ ਸਾਡੀ ਹੋਂਦ ਖਤਮ ਹੁੰਦੀ ਹੈ, ਕਿਉਂਕਿ ਮੈਂ ਤੁਹਾਨੂੰ ਗੱਲ ਦੱਸਣਾ ਚਾਹੁੰਦੀ ਹਾਂ ਇੱਕ ਮੈਡੀਕਲ ਲਾਈਨ ਦਾ, ਮੈਂ ਟਿਪਸ ਤੁਹਾਡੇ ਨਾਲ ਇੱਥੇ ਵੀ ਇਸ ਸਟੇਜ 'ਤੇ ਸਾਂਝਾ ਕਰਨਾ। ਅਸੀਂ ਮੈਡੀਕਲ ਲਾਈਨ ਦੇ ਵਿੱਚ ਕੰਮ ਭਾਵੇਂ ਕਰਦੇ ਹਾਂ, ਜਦੋਂ ਕੋਈ ਬੇਹੋਸ਼ ਸਾਡੇ ਕੋਲ ਬੰਦਾ ਆਉਂਦਾ ਹੈ ਸਾਡੇ ਡਾਕਟਰਾਂ ਦੇ ਕੋਲ, ਤਾਂ ਸਾਡੇ ਡਾਕਟਰ ਉਸਨੂੰ 5 ml ਦੀ ਡੋਜ਼ ਦੇ ਕੇ ਹੋਸ਼ ਦੇ ਵਿੱਚ ਲਿਆਉਣ ਦੀ ਕੋਸ਼ਿਸ਼ ਜ਼ਰੂਰ ਕਰਦੇ ਨੇ। ਪਰ ਮੈਂ ਇਸ ਮੋਦੀ ਦੀ ਸਰਕਾਰ ਨੂੰ ਦੱਸਣਾ ਚਾਹੁੰਦੀ ਹਾਂ ਕਿ ਅੱਜ ਸਾਡੇ ਬੀਬੀਆਂ ਵੱਲੋਂ 5 ml ਦੀ ਡੋਜ਼ ਮੋਦੀ ਸਰਕਾਰ ਨੂੰ ਦਿੱਤੀ ਗਈ ਹੈ ਤਾਂ ਕਿ ਇਹ ਹੋਸ਼ ਦੇ ਵਿੱਚ ਆ ਜਾਵੇ। ਪਰ ਜੇਕਰ ਮੋਦੀ ਦੀ ਸਰਕਾਰ ਹੋਸ਼ ਦੇ ਵਿੱਚ ਨਹੀਂ ਆਉਂਦੀ ਤਾਂ ਅਸੀਂ ਇਸ ਡੋਜ਼ ਨੂੰ ਵਧਾ ਕੇ 10 ml ਕਰ ਦਾਂਗੇ। ਜੇਕਰ ਫਿਰ ਵੀ ਉਸ ਹੋਸ਼ ਨਹੀਂ ਆਉਂਦੀ ਤਾਂ ਇਹ ਡੋਜ਼ ਵਧਾ ਕੇ 15 ml ਹੋ ਜੂਗੀ। ਪਰ ਜੇਕਰ 15